ਹੱਥਾਂ ਚ ਲੱਗੇ ਦੀ ਉਹਦੇ ਨੱਕੇ ਲੱਗੇ ਦੀ ਮੂੰਹ ਸਾਰਾ ਕਾਲਾ ਮੂਰ ਉਹ ਬੁੱਲਾ ਉਹ ਮੇਰੀ ਭੈਣ ਦੀ ਸ਼ਕਲ ਵਿਗਾੜੀ ਰੀ ਉਹ ਏਡੇ ਫੁੱਲਾ ਵਾਰਦਾਤੀ ਜੇ ਪੇ ਪਹਿਲੇ ਵੀ ਇਹਦਾ ਹੁੰਦਾ ਰਿਹਾ ਝਗੜਾ ਮਾੜਾ ਮੋਟਾ ਘਰਾਂ 'ਚ ਹੁੰਦੀਆਂ ਨੇ ਇਹ ਕੁੜੀ ਮੇਰੀ ਦਾ ਤਾਂ ਜਵਾਈ ਦਾ ਤਾਂ ਇਹ ਸਮਝਾਉਣਾ ਸਮਝਾਉਣਾ ਸਰਪੰਚ ਨੇ ਵੀ ਦੋ ਵਾਰੀ ਸਮਝਾਇਆ ਤਾਂ ਕਹਿੰਦਾ ਹਾਂ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ 'ਚ ਮੈਂ ਕੁਛ ਵੀ ਕਰਦੇ ਹਾਂ ਤਾਂ ਇਹ ਸਮਝਾਉਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਨਿੱਕੇ ਮੋਟੇ ਜੇ ਟਮਾਟਰ ਖਿਲਰੇ ਦੇ ਹੋਣੇ ਜਾਂ ਪਿਆਜ਼ ਖਿਲਰੇ ਦੇ ਹੋਣੇ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲੈਂਦੇ ਹੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨੇ 2.5 ਸਾਲ ਦੇ ਵਿੱਚ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਆ ਸਾਡੇ ਲਾਗੇ ਦਾ ਹੀ ਹੈ ਹਾਂ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ ਤਾਂ ਉਸਲੇ ਕੁੜੀ ਇਹ ਵੀ ਠੀਕ ਹਾਂ ਠੀਕ ਠਾਕ ਛੱਡ ਕੇ ਆਇਆ ਇਹਨੇ ਮੈਨੂੰ ਕਿਹਾ ਵੀ ਦੁਕਾਨ ਮੈਂ ਬੰਦ ਕਰਤੀ ਹੈ ਫਰਨੀਚਰ ਦਾ ਕੰਮ ਵੀ ਕਰਦਾ ਹਾਂ ਇਹਨੇ ਪਲੈਨ ਬਣਾਉਂਦਾ ਹੈ ਨਾ ਮਾਰਨ ਦਾ ਅਤੇ ਆਪ ਭੇਜੀਏ ਨਹੀਂ ਅਤੇ ਸਮਾਨ ਸਮੂਨ ਡੈਡੀ ਆਪਣਾ ਇੱਥੇ ਕਈ ਅਤੇ ਇੱਕ ਗੈਂਤੀ ਪੇ ਦੀ ਹੈ ਚੁੱਕ ਲਿਓ ਤਾਂ ਲੈ ਜਾਓ ਘਰ ਨੂੰ ਮਹਾਂ ਕੀ ਗੱਲ ਕਹਿੰਦਾ ਹੁਣ ਬਾਅਦ 'ਚ ਦੇਖਾਂਗੇ ਤਾਂ ਇਹਦਾ ਪਲੈਨ ਹਾਂ ਵੀ ਅੱਜ ਰਾਤ ਨੂੰ ਮੈਂ ਮਾਰ ਦੇਣੀ ਹੈ ਇਹ ਕੁੜੀ ਉਸ ਅਸੀਂ ਮੰਗ ਇਹ ਕਰਨੇ ਆ ਵੀ ਮੌਤ ਦੇ ਬਦਲੇ ਮੌਤ ਮਿਲਣੀ ਚਾਹੀਦੀ ਸਾਡੀ ਉਹ ਮੰਗ ਹੈ ਮੇਰੀ ਹਾਂ ਉਮਰ ਕੈਦ ਹੋਣੀ ਚਾਹੀਦੀ ਬਸ ਇਹ ਬੱਚਾ ਕੁੜੀ ਹੱਡੀ ਦਾ ਇਹ ਬੱਚਾ ਨਹੀਂ ਦੇਣਾ ਇਹ ਆਹੀ ਪਾਲ ਲੈਣਾ ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਹਦੇ ਸੰਬੰਧ 'ਚ ਉਹਦੀ 2.5 ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜਿਹਦੀ ਡੈਥ ਹੋ ਗਈ ਆ ਸਵੇਰ ਦੀ ਅਤੇ ਉਹਦੇ ਸੰਬੰਧ 'ਚ ਘਰ ਵੀ ਚੱਲ ਰਹੀ ਹੈ ਹੱਥਾਂ 'ਚ ਲੱਗੇ ਦੀ ਉਹਦੇ ਨੱਕੇ ਲੱਗੇ ਦੀ ਮੂੰਹ ਸਾਰਾ ਕਾਲਾ ਮੂਰ ਉਹ ਬੁੱਲਾ ਉਹ ਮੇਰੀ ਭੈਣ ਦੀ ਸ਼ਕਲ ਵਿਗਾੜੀ ਰੀ ਉਹ ਏਡੇ ਫੁੱਲਾ ਵਾਰਦਾਤੀ ਜੇ ਪੇ ਪਹਿਲੇ ਵੀ ਇਹਦਾ ਹੁੰਦਾ ਰਿਹਾ ਝਗੜਾ ਮਾੜਾ ਮੋਟਾ ਘਰਾਂ 'ਚ ਹੁੰਦੀਆਂ ਨੇ ਇਹ ਕੁੜੀ ਮੇਰੀ ਦਾ ਤਾਂ ਜਵਾਈ ਦਾ ਤਾਂ ਇਹ ਸਮਝਾਉਣਾ ਸਮਝਾਉਣਾ ਸਰਪੰਚ ਨੇ ਵੀ 2 ਵਾਰੀ ਸਮਝਾਇਆ ਤਾਂ ਕਹਿੰਦਾ ਹਾਂ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ 'ਚ ਮੈਂ ਕੁਛ ਵੀ ਕਰਦੇ ਹਾਂ ਤਾਂ ਇਹ ਸਮਝਾਉਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਨਿੱਕੇ ਮੋਟੇ ਜੇ ਟਮਾਟਰ ਖਿਲਰੇ ਦੇ ਹੋਣੇ ਜਾਂ ਪਿਆਜ਼ ਖਿਲਰੇ ਦੇ ਹੋਣੇ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲੈਂਦੇ ਹੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨੇ 2.5 ਸਾਲ ਦੇ ਵਿੱਚ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਆ ਸਾਡੇ ਲਾਗੇ ਦਾ ਹੀ ਹੈ ਹਾਂ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ ਤਾਂ ਉਸਲੇ ਕੁੜੀ ਇਹ ਵੀ ਠੀਕ ਹਾਂ ਠੀਕ ਠਾਕ ਛੱਡ ਕੇ ਆਇਆ ਇਹਨੇ ਮੈਨੂੰ ਕਿਹਾ ਵੀ ਦੁਕਾਨ ਮੈਂ ਬੰਦ ਕਰਤੀ ਹੈ ਫਰਨੀਚਰ ਦਾ ਕੰਮ ਵੀ ਕਰਦਾ ਹਾਂ ਇਹਨੇ ਪਲੈਨ ਬਣਾਉਂਦਾ ਹੈ ਨਾ ਮਾਰਨ ਦਾ ਅਤੇ ਆਪ ਭੇਜੀਏ ਨਹੀਂ ਅਤੇ ਸਮਾਨ ਸਮੂਨ ਡੈਡੀ ਆਪਣਾ ਇੱਥੇ ਕਈ ਅਤੇ ਇੱਕ ਗੈਂਤੀ ਪੇ ਦੀ ਹੈ ਚੁੱਕ ਲਿਓ ਤਾਂ ਲੈ ਜਾਓ ਘਰ ਨੂੰ ਮਹਾਂ ਕੀ ਗੱਲ ਕਹਿੰਦਾ ਹੁਣ ਬਾਅਦ 'ਚ ਦੇਖਾਂਗੇ ਤਾਂ ਇਹਦਾ ਪਲੈਨ ਹਾਂ ਵੀ ਅੱਜ ਰਾਤ ਨੂੰ ਮੈਂ ਮਾਰ ਦੇਣੀ ਹੈ ਇਹ ਕੁੜੀ ਉਸ ਅਸੀਂ ਮੰਗ ਇਹ ਕਰਨੇ ਆ ਵੀ ਮੌਤ ਦੇ ਬਦਲੇ ਮੌਤ ਮਿਲਣੀ ਚਾਹੀਦੀ ਹੈ ਸਾਡੀ ਉਹ ਮੰਗ ਹੈ ਮੇਰੀ ਹਾਂ ਉਮਰ ਕੈਦ ਹੋਣੀ ਚਾਹੀਦੀ ਬਸ ਇਹ ਬੱਚਾ ਕੁੜੀ ਹੱਡੀ ਦਾ ਇਹ ਬੱਚਾ ਨਹੀਂ ਦੇਣਾ ਇਹ ਆਹੀ ਪਾਲ ਲੈਣਾ ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਹਦੇ ਸੰਬੰਧ 'ਚ ਉਹਦੀ 2.5 ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜਿਹਦੀ ਡੈਥ ਹੋ ਗਈ ਆ ਸਵੇਰ ਦੀ ਅਤੇ ਉਹਦੇ ਸੰਬੰਧ 'ਚ ਘਰ ਵੀ ਚੱਲ ਰਹੀ ਹੈ